ਹੁਣ ਦਾ ਜਿਹੜਾ ਸਮਾਂ ਹੈ ਉਹ ਖਾਸ ਹਾਲਾਤ ਹੈ ਇਸ ਕਰਕੇ ਸਾਰੇ ਕਲਾਕਾਰ ਇੱਕੋ ਤਰ੍ਹਾਂ ਦੀ ਗੱਲ ਕਰਨ ਲੱਗ ਗਏ ਹੁਣ ਜੰਗ ਪ੍ਰਚਾਰ ਦੀ ਜੰਗ ਹੈ ਜਿੰਨਾ ਚਿਰ ਅਸੀਂ ਪ੍ਰਚਾਰ ਦੇ ਤਰੀਕੇ ਨਾਲ ਸਰਕਾਰ ਨੂੰ ਨਹੀਂ ਦਬਾਉਂਦੇ ਨਾ ਉਹਨਾਂ ਚਿਰ ਸਾਡੀ ਪੂਰੀ ਨਹੀਂ ਹੋਣੀ ਹੈ किसानी संघर्ष के वक्खो वक्खरे तरीके हिस्सा पाया नौजवानों ने किसानों ने तो उत्थे ही विद्वानों का एक बड़ा रोल रहा विद्वानों ने अपने हिसाब के नाल लोगों लामबंद कराया तो दस्या कि इन्हां दे की फायदे ने की नुकसान ने साढ़े नाल मौजूद ने डॉक्टर सेवक सिंह जी गलबात करते हैं सिंघू बॉर्डर पर बैठे हैं इस वक्त डॉक्टर साहब पहले स्वागत है जी रेडियो पंजाब टूडे से वाहगुरु जी की खालसा वाहगुरु जी की फतेह की लगता डॉक्टर साहब जिवें हुण कल मीटिंग आ जिहड़ी उह बेसिट्टा रहेगी आई मीटिंग आ जिहड़ी उह बेसिट्टा रह जांदी हैगी ते एंड ते आके इहो ही सुनना पैंदा कि मीटिंग आ जिहड़ी उह बेसिट्टा गई तुहानूं की लग रिहा जी देखो जदों आपां कहिंदे आ वी बहुत वड्डा काम आ इह एडा कदे नहीं होया ते फिर वड्डे कम्मां नूं चिरता लगदा ही हुंदा जी इह तां हुण हो सकदा वी उदों वध होर होण वध मीटिंगां होण च ਆਪਾਂ ਆਮ ਅਰਥਾਂ ਗੱਲ ਸੋਚਦੇ ਹਾਂ ਨਾ ਅਸਲ ਮਸਲਾ ਕਿੰਨਾ ਵੱਡਾ ਠੀਕ ਹੈ ਜਿੰਨਾ ਵੱਡਾ ਮਸਲਾ ਉੱਠ ਖੜਿਆ ਨਾ ਤਾਂ ਸਰਕਾਰ ਨੇ ਸੋਚਿਆ ਸੀ ਉਹਨਾਂ ਇੱਥੋਂ ਤੱਕ ਕਿ ਨਾ ਵੀ ਜਥੇਬੰਦੀਆਂ ਨੇ ਸੋਚਿਆ ਸੀ ਉਹਨਾਂ ਹੁਣ ਗੱਲ ਤਾਂ ਤਿੰਨ ਕਾਨੂੰਨਾਂ ਤੋਂ ਗਾਂਹ ਲੰਘ ਗਈ ਹੈ ਠੀਕ ਹੈ ਨਾ ਹੁਣ ਮੀਟਿੰਗਾਂ 'ਚ ਤਾਂ ਕੁਛ ਨਿਕਲਦਾ ਨਹੀਂ ਪਿਆ ਸਰਕਾਰ ਨੂੰ ਵੀ ਪਤਾ ਹੈ ਵੀ ਤਿੰਨ ਨਾਲ ਸ਼ਾਇਦ ਕੰਮ ਨਿਬੜੂਗਾ ਨਹੀਂ ਗੱਲ ਉਦੋਂ ਤਿੰਨ ਤੋਂ ਬਾਅਦ ਸ਼ੁਰੂ ਹੋਊਗੀ ਅਤੇ ਇਹ ਆਗੂਆਂ ਨੂੰ ਵੀ ਪਤਾ ਹੀ ਹੈ ਵੀ ਤਿੰਨ ਤੋਂ ਬਾਅਦ ਗੱਲ ਸ਼ੁਰੂ ਹੋਊਗੀ ਠੀਕ ਹੈ ਹੁਣ ਦੋਨੇ ਤਰ੍ਹਾਂ ਆਪਦੇ ਆਪ ਨੂੰ ਤੋਲ ਰਹੀਆਂ ਨੇ ਠੀਕ ਹੈ ਫਿਰ ਚਿਰ ਤਾਂ ਵੀ ਲੱਗਣਾ ਹੀ ਲੱਗਣਾ ਕੀ ਲੱਗਦਾ ਵੀ ਕਿਸ ਹਿਸਾਬ ਨਾਲ ਇਹ ਤਿੰਨ ਤੋਂ ਬਾਅਦ ਆ ਜਿਹੜੀ ਉਹ ਸ਼ੁਰੂ ਹੋਵੇ ਗੱਲ ਜਿਹੜੀ ਤਿੰਨ ਕਾਲੇ ਕਾਨੂੰਨਾਂ ਤੋਂ ਇਦੋਂ ਗਾਹਾਂ ਲੰਘ ਗਈ ਆ ਗੱਲ ਜਥੇਬੰਦੀਆਂ ਕਹਿ ਰਹੀਆਂ ਨੇ ਇਹ ਸਾਨੂੰ ਕਾਨੂੰਨ ਮਨਜ਼ੂਰ ਨਹੀਂ ਤੇ ਪਰ ਉੱਧਰ ਜੇ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਕਹਿ ਰਹੀ ਹੈਗੀ ਕਿ ਇਹ ਜਿਹੜੇ ਕਾਨੂੰਨ ਆ ਉਹ ਤੁਹਾਡੇ ਹੱਕਾਂ ਦੇ ਵਿੱਚ ਆ ਨਹੀਂ ਮੈਨੂੰ ਐਂ ਲੱਗਦਾ ਕਿ ਜਿੰਨਾ ਚਿਰ ਨਾ ਅਸੀਂ ਹੋਰ ਗਾਹ ਨਹੀਂ ਜਾਂਦੇ ਨਾ ਆਪਦੀ ਗੱਲ ਲੈ ਕੇ ਵੀ ਜਿੱਦਾਂ ਹੁਣ ਸਰਕਾਰ ਵਾਰ ਵਾਰੀ ਕਹਿੰਦੀ ਵੀ ਇਹ ਧਾਰਾ 'ਤੇ ਗੱਲ ਕਰ ਲਓ ਉਹਦੇ ਗੱਲ ਕਰ ਲਓ ਹੁਣ ਤਾਂ ਮੈਨੂੰ ਸਾਡੇ ਬੰਦੇ ਜਿੰਨਾ ਚਿਰ ਇਹ ਕਹਿੰਦੇ ਨਹੀਂ ਵੀ ਭਾਈ ਅਸੀਂ ਆਪਦਾ ਕਾਨੂੰਨ ਆਪ ਬਣਾਉਂਦੇ ਹਾਂ ਆਓ ਇਹਦੀਆਂ ਧਰਾਵਾਂ 'ਤੇ ਗੱਲ ਕਰੋ ਠੀਕ ਹੈ ਉਹਨਾਂ ਨੇ ਉਹਨਾਂ 'ਚ ਗੱਲ ਸਮਝਣੀ ਨਹੀਂ ਹੈ ਮੈਨੂੰ ਲੱਗਦਾ ਕਿਉਂਕਿ ਜਦੋਂ ਹੁਣ ਆਪਾਂ ਜਿੱਥੇ ਖੜ ਗਏ ਆ ਕੇ ਮੰਨ ਲਓ ਆਪਾਂ ਰੱਦ ਕਰਦੇ ਹਾਂ ਥਾਂ ਖਾਲੀ ਹੋਊਗੀ ਕੁਛ ਤਾਂ ਚਾਹੀਦਾ ਠੀਕ ਹੈ ਨਾ ਜੇ ਹੁਣ ਸਰਕਾਰ ਦਾ ਕਾਨੂੰਨ ਨਹੀਂ ਮੰਨਣਾ ਅਸੀਂ ਤਾਂ ਕੋਈ ਬਦਲਦਾ ਲੱਭਾਂਗੇ ਨਾ ਅਸੀਂ ਫਿਰ ਜੇ ਅਸੀਂ ਆਪਣੇ ਮੈਨੂੰ ਬਦਲ ਨਹੀਂ ਦੇਣਾ ਅਤੇ ਮੁੜ ਕੇ ਫਿਰ ਸਿਆਪਾ ਪੈਣਾ ਸਾਨੂੰ ਤਾਂ ਕਿਸੇ ਸਾਡੇ ਨੇਤਾ ਕਿੱਦੇ ਉਦੋਂ ਕਹਿੰਦੇ ਨੇ ਵੀ ਜਿਹੜੀ ਸਵਾਮੀਨਾਥ ਦੀ ਰਿਪੋਰਟ ਲਾਗੂ ਕਰੋ ਉਹ ਹੁਣ ਉਹਦਾ ਮੌਕਾ ਹੈ ਗੱਲ ਦਾ ਵਿੱਚ ਠੀਕ ਹੈ ਨਾ ਉਹਦੇ ਹਿਸਾਬ ਨੂੰ ਮੁੱਖ ਰੱਖ ਕੇ ਹੋਰ ਗੱਲ ਗਾਂਹ ਜਾਵੇ ਠੀਕ ਹੈ ਸਰਕਾਰ ਪਿੱਛੇ ਖਿੱਚਦੀ ਅਸੀਂ ਗਾਂਹ ਜਾਈਏ ਇਹੀ ਹੱਲ ਹੈ ਨਾ ਗੱਲ ਦਾ ਇੱਦਾਂ ਹੀ ਹੋਣੀ ਹੈ ਅੱਜ ਕਰ ਲਈਏ ਜਾਂ ਕੱਲ੍ਹ ਕਰ ਲਈਏ ਪਰ ਜੇ ਜਥੇਬੰਦੀਆਂ ਦੀ ਗੱਲ ਕਰੀਏ ਜਥੇਬੰਦੀਆਂ ਦਾ ਇਹ ਕਹਿ ਰਹੇ ਨੇ ਅਸੀਂ ਆਪਣੇ ਜਿਹੜੇ ਹੱਕ ਆ ਉਹ ਲੈਣ ਆਏ ਹਾਂ ਇੱਥੇ ਹੱਕਾਂ ਦੀ ਗੱਲ ਜਦੋਂ ਕਰਦੇ ਤਾਂ ਹੱਕਾਂ ਦੇ ਵਿੱਚ ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਵੀ ਕਰਦੇ ਹੋਣੇ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਨਹੀਂ ਲੱਗ ਰਹੀਆਂ ਇਹ ਚੀਜ਼ਾਂ ਨਹੀਂ ਕਰਦੇ ਆ ਮੈਂ ਤਾਂ ਕਹਿੰਦਾ ਮੈਂ ਨਹੀਂ ਕਹਿੰਦਾ ਨਹੀਂ ਕਰਦੇ ਹੋਣਗੇ ਮੈਂ ਤਾਂ ਕਹਿੰਦਾ ਗੱਲ ਹੋਰ ਜ਼ਿਆਦਾ ਵੱਡੇ ਤਰੀਕੇ ਨਾਲ ਕਰਨੀ ਬਣਦੀ ਹੈ ਮਸਲਾ ਇਕੱਲਾ ਹੈ ਨਹੀਂ ਸਰਕਾਰ ਨੂੰ ਕਹਿਣੀ ਬਣਦੀ ਹੈ ਲੋਕਾਂ ਨੂੰ ਵੀ ਕਹਿਣੀ ਬਣਦੀ ਹੈ ਠੀਕ ਹੈ ਨਾ ਹੁਣ ਜੇ ਲੋਕਾਂ ਨੂੰ ਲੱਗਦਾ ਵੀ ਗੱਲ 'ਚ ਕੁਛ ਨਿਕਲ ਨਹੀਂ ਰਿਹਾ ਉਹਦਾ ਕਾਰਨ ਇਹੀ ਲੱਗਦਾ ਨਾ ਵੀ ਤਿੰਨ ਕਾਨੂੰਨ ਸੀ ਸਰਕਾਰ ਕਹਿੰਦੇ ਰੱਦ ਹੋ ਗਏ ਮੁੱਕ ਜੀ ਹੈ ਨਾ ਇਸ ਕਰਕੇ ਲੱਗਦਾ ਨਾ ਵੀ ਨਿਕਲ ਨਹੀਂ ਰਿਹਾ ਕੁਛ ਫਿਰ ਉਹਦਾ ਹੱਲ ਤਾਂ ਫਿਰ ਇਹੀ ਹੈ ਕਿ ਬੰਦੇ ਨੂੰ ਸਮਝਾਈਏ ਵੀ ਆਹ ਰੱਦ ਤੋਂ ਬਾਅਦ ਅਸੀਂ ਆਹ ਬਣਾਉਣਾ ਤਾਂ ਚਿਰ ਲੱਗ ਰਿਹਾ ਅਸਲ ਗੱਲ ਤਾਂ ਇਹੀ ਹੈ ਨਾ ਵੀ ਉਹ ਜੋ ਚਾਹੁਣਗੇ ਵੀ ਰੱਦ ਹੋ ਗਏ ਮੰਨ ਲਓ ਆਪਾਂ ਇੱਕ ਵਾਰ ਮੰਨ ਲਈਏ ਰੱਦ ਹੋ ਗਏ ਅਤੇ ਫਿਰ ਗਾਹਾਂ ਕੀ ਜਿਹਨੇ ਸਰਕਾਰ ਚਲਾਉਣੀ ਹੈ ਉਹ ਕੁਛ ਤਾਂ ਕਰੂਗਾ ਨਾ ਉਹਨੇ ਕੁਛ ਤਾਂ ਬਣਾਉਣਾ ਹੀ ਹੈ ਅਤੇ ਸਾਡਾ ਕਿਹੜਾ ਖੜਾ ਛੁੱਟ ਜੂ ਤਿੰਨ ਦੇ ਰੱਦ ਹੋਣ ਨਾਲ ਜਿਹੜੇ ਦੋ ਕਾਨੂੰਨ ਨੇ ਜਿਹੜੇ ਨਵੇਂ ਬਣੇ ਨੇ ਉਹ ਤਾਂ ਸਮਝੋ ਆਪ ਰੱਦ ਹੋ ਜਾਣਗੇ ਆਪਣੇ ਜਿਹੜਾ ਤੀਜਾ ਐਸੈਂਸ਼ਲ ਕਮੋਡਿਟੀ ਵਾਲਾ ਉਹਦੇ ਰੱਦ ਦੇ ਮਾਹਣੇ ਐਂ ਥੋੜ੍ਹੇ ਹੀ ਨੇ ਜਿਵੇਂ ਦੂਜੇ ਦੋਵਾਂ ਦੇ ਨੇ ਉਹਦਾ 2020 ਦੇ ਵਿੱਚ ਸੋਧਿਆ ਉਹਨਾਂ ਨੇ ਜੋ ਰੱਦ ਹੋ ਜੂ ਤਾਂ ਪਹਿਲਾਂ ਪਿਛਲਾ 2010 ਵਾਲਾ 2009 ਵਾਲਾ 2006 ਵਾਲਾ 2002 ਵਾਲਾ ਜਿਹੜਾ ਵਾਜਪਾਈ ਨੇ ਬਣਾਇਆ ਹੈ ਨਾ ਆਰਡੀਨੈਂਸ ਕੱਢ ਕੇ 1978 ਵਾਲਾ ਜਿਹੜਾ ਜਨਤਾ ਸਰਕਾਰ ਨੇ ਬਣਾਇਆ ਜਿਹੜਾ ਤੀਜਾ ਕਾਨੂੰਨ ਹੈ ਜਿਹੜਾ ਸਾਰੇ ਕਹੇ ਦੀ ਜੜ ਆ ਜਿਹੜਾ ਉਹਦਾ ਤਾਂ ਕੋਈ ਬਨਸੁਭ ਕਰਨਾ ਹੀ ਪੈਣਾ ਉਹਦੇ ਕਾਲੀ ਰੱਦ ਨਾਲ ਸਰਨਾ ਨਹੀਂ ਹੈ ਠੀਕ ਹੈ ਨਾ ਅਤੇ ਉਹਦੇ ਬਦਲ ਦੇ ਵਿੱਚ ਹੀ ਸਾਨੂੰ ਆਪਣੀ ਗੱਲ ਅੱਗੇ ਚਲਾਉਣੀ ਪੈਣੀ ਹੈ ਮੈਨੂੰ ਲੱਗਦਾ ਉਹਦੇ ਲਈ ਗੱਲ ਚਿਰ ਲੱਗੂ ਲੱਗੂਗਾ ਹਾਂ ਇਹ ਸਰਕਾਰ ਨੂੰ ਸਮਝ ਆਉਣ 'ਚ ਵੀ ਚਿਰ ਲੱਗੂਗਾ ਕਿ ਐਂ ਖੜਾ ਨਹੀਂ ਛੁੱਟਦਾ
तो सानू भी लगूगा कि असी गल आपकी पूरी मनवाई हूँ इतने ना ही खड़ी है। हुण जे जथेबंदियों की गल करिए जथेबंदियों का ये कह रही ने कि असी 26 तरीक नूं ट्रैक्टर मार्च करांगे। जे पंजाब की गल करिए पंजाब दे विच लोगों ने ट्रैक्टरां दे उपर पैसे इन्ना इन्ना लाता जिहड़े 5-5 लख दे सी उहनां दे उपर 5-5 लख रुपया उपर ला के रख ला कहिंदे वी सानूं पहलां वालीआं दिक्कतां दा सामना ना करना पवे। तुहानूं की लग रहा है हुण अगे वधण वालीआं गल्लां कर रहीआं ने जथेबंदियां? तां नहीं देखो वीर जिहड़ी तां गल हुंदी है इक किसी अमल दी ना एक्शन दी उह इक होर गल है। कोई तुसीं दिल्ली दे अंदर जाओ दिल्ली के बाहर भी घूमो ठीक है, मसला ये कड़ना की है ठीक है ना। हुण वो दिन है 26 जनवरी कहदा दिन है 26 जनवरी दिन है संविधान का। जे असी आपके नवे कानून की गल नहीं कहनी तो फिर असी चाहे मार्च अंदर की कढ़ीए चाहे बाहर की कढ़ीए वह माना की बनूगा ठीक है ना। असी जो हुण होर गाह बदना है तो कल शरीर करके गाह नहीं बदना है, आपके ख्याल करके आपकी दलील करके अगाँह बदना है ठीक है ना जी। ये एक पक्ष है। दूजा हुण असीं कि जिंदा कहने भी किसान मजदूर एकता जिंदाबाद, तो फिर मजदूर कितने ने ठीक है ना। सरकार ने कानून बना के उन्होंने भी गल घोटिया ना, नवे कानून उन्होंने भी बनाए ने ठीक, उन्हें गल कितने आऊगी। जिहड़ा गरीबों सस्ते अनाज वंडन की जिहड़ी गल सीगी ठीक है, हुण सरकार जो पिछे हटू खेती तो पहला व्यापारी खरीदूगा, व्यापारी तो सरकार खरीदूगी फिर गरीबों देगी। तो सानू अपनी गल अगे बधानी चाहिए है भी ऐसा कानून लेके आईए कि सीधा ही किसान तो गरीब बंदे नूं जावे सरकार दा पैसा तारे, ना गल सौखी होवे ना सीधी होवे, ना दोनों तरह नूं फायदा रहे ठीक है ना जी। जिन्ना चिर असीं नवें कानून की गल नहीं करते ना पूरी टिका के ना सानू फायदा होना है ना बाकी धिरां नूं फायदा होना है। तो सानू पता भी सारी ये जी इतों की बसों है हिंदुस्तान की 1.5 अरब के करोड़ करीब हो चली है जी। सरकार उन्होंने कहती है भी 81 करोड़ जो गरीब ने जोड़े आप अनाज नहीं खा सकते ठीक है, फिर उस हिसाब से सूँ ओडी गल करनी पैनी है। जो ओडी गल नहीं होंगी फिर अभी मार्च जितों मर्जी करी जाइए तो साड़ा चित खुश होजूगा, पर प्राप्ति फिर नहीं होनी उस तरह। प्राप्ति उदों ही होनी है जो अभी शरीर के बदल के नाल आपकी गल गांह बधानी है। जो देखा जाए तो कलाकारों का एक बड़ा रोल रहा, कलाकारों ने अपनी जी कही जाए भी कलाकारी से उसके राही लोगों एक पासे लिया। जिवें हुण परसों जो उत्थे दी गल करिए इत्थे बब्बू मान आ के गया, बब्बू मान नूं यूथ सुणदा गा। जे गल करी जावे कणवर गरेवाल आए ने उन्हां नूं यूथ सुणदा गा, उन्हां नूं लोक सुणदे ने। जे गल करी जावे हर फीमा दी उन्हां नूं लोक सुणदे ने। इह सारिआं दा अपना रोल रिहा इक। इन्हां नूं तुसीं किवें देख रहे होंगे भी इन्हां नूं जिहड़े पहलां गीत गाउंदे सी पहलां कुछ कलाकार सी जिहड़े कि समाजिक पक्ष तों गीत गा रहे सी पर कुछ तां हथियारां वाल ही चक्के हुए सीगे, पर हुण की लगता उही कलाकारी इत्थे आ के सुधर गई आ, इत्थे आ के उही कलाकारी वधिया गीत गाउण लग जांदी आ। किते कल नूं जाके इह पंजाब दे विच उही चीज़ां दा नहीं करनगे जिवें उहदा फैन होके लड़ पिया, उहदा फैन होके लड़ पिया। जिहड़ी गल पहलां वीरे मैं पहलां कही है ना उही इहदे नाल जुड़दी है कि जे असीं आपदी गल नूं विचार रूप च वड्डा नहीं करदे तां साडे कलाकार भी उही गाउणगे, साडे मुंडे भी उही करनगे। क्यों जो असीं विचार दा बदलाव नहीं लियावांगे, आपदा कुछ नवां नहीं सिरजांगे तो जिहड़ा पहलां चलता उन्होंने तो उह चलना ही है ना। उन्होंने तो हुण तां लोग एक आस च हो गए ने कि असीं आह कर लवांगे, जिहड़ा ख्याल है जिहड़ा सुपना है लोगों का तो सुपना ही है ना एक भी काले कानून रद्द कर दो, उन्होंने काले कहने सब कुछ बच्चे आ गया ठीक है आम बंदे की गल च। तां पर जिहड़े बंदे आगू ने जिहड़े बंदे विद्वान ने उन्होंने एक रूप बनाउणा है भी काले तो चिट्टा किवें होवे, उवें जिहड़े कलाकार ने उवें जिहड़ी नौजवानी है उह भी उहदे विच जुड़ी हुई है। जे असीं एक नवां कोई प्रबंध सिरजांगे माड़ा मोटा तां तो बदलणगे, नहीं वो मोड़ के फिर खूह की मिट्टी खूह तां पैनी पैनी है ठीक है ना। पर इन्ना जरूर है एक बार जिहड़ा ये असर हो गया ये हुण इन्नी छेती निकलना तां खैर नहीं है भी असीं ना बनाया तो फिर ठीक है मुड़ जाणगे, पर ऐ नहीं भी कल नूं मुड़ जाणगे। हुण जे कलाकारां दी गल आपां करन लग्गे आं तां जी कलाकारां दे विच्चों जे बब्बू मान दी गल करी जावे तां बब्बू मान ने किते ना किते जाके इतिहास नूं भी गाया गा, प्रमोट करिया बब्बू मान ने कितने कितने जाके इतिहास में। तो जे गल करी जाए कुछ एक कलाकार इदा के भी सके जिहड़े कि कल्ले हथियारों ही चक्की फिरते सके, हुण उन्होंने किमें इस चीज़ की ख्याल आ गया भी यार साढ़े पंजाब के नाल धक्का होया तो असी हुण इदा के गीत गाने आगे। कुछ गलों का पता आपां नूं हुंदा जी, पर कई बार मौका नहीं बनया हुंदा पहली गल। तो दूजी गल सारे बंदे एक वेले एक गल करते नहीं होंगे, आम हालत किसी खास हालत में ही इदा वापरता होंगे जो सारे बंदे एक गल कर लग जाते।
ਹੁਣ ਦਾ ਜਿਹੜਾ ਸਮਾਂ ਹੈ ਉਹ ਖਾਸ ਹਾਲਾਤ ਹੈ, ਇਸ ਕਰਕੇ ਸਾਰੇ ਕਲਾਕਾਰ ਇੱਕੋ ਤਰ੍ਹਾਂ ਦੀ ਗੱਲ ਕਰਨ ਲੱਗ ਗਏ, ਪਰ ਆਮ ਹਾਲਤਾਂ 'ਚ ਨਹੀਂ ਕਰਦੇ ਹੁੰਦੇ, ਇਹ ਕੁਦਰਤੀ ਸੁਭਾਅ ਮਨੁੱਖ ਦਾ, ਐਂ ਨਹੀਂ ਕੋਈ ਕਲਾਕਾਰ ਦਾ ਨੁਕਸ ਜੋ ਕਿਸੇ ਦਾ ਵੀ, ਆਮ ਹਾਲਤਾਂ ਹੋਰ ਹੁੰਦੀਆਂ ਨੇ, ਖਾਸ ਹਾਲਤਾਂ ਹੋਰ ਨੇ। ਹੁਣ ਹਾਲਾਤ ਖਾਸ ਹੋ ਗਏ, ਸਾਰੇ ਇੱਧਰ ਨੂੰ ਆ ਗਏ ਨੇ, ਪਤਾ ਸਾਰਿਆਂ ਨੂੰ ਇੱਕ ਮੋਟਾ ਜਿਹਾ ਆਪਣੇ ਅੰਦਰ ਵੀ ਅਸੀਂ ਕੌਣ ਹਾਂ, ਕਿੱਥੋਂ ਹਾਂ, ਪੰਜਾਬ ਦਾ ਇਤਿਹਾਸ ਕੀ ਹੈ, ਉਹ ਤਾਂ ਕੋਈ ਦੱਸਣ ਦੀ ਲੋੜ ਨਹੀਂ ਨਾ ਹੈ ਕਿਸੇ ਨੂੰ, ਪਰ ਉਹ ਉਹਦੇ 'ਚ ਉੱਠ ਖੜਿਆ, ਉਹਨਾਂ ਨੂੰ ਉਹ ਆ ਗਏ ਨੇ। ਅਪੀਲ ਕੀ ਕਰੋਗੇ ਆਖਰ ਦੇ ਵਿੱਚ, ਜਿਹੜੀ ਤੁਹਾਡੀਆਂ ਆਪਣੀਆਂ ਗੱਲਾਂ ਹੁੰਦੀਆਂ ਨੇ, ਪਹਿਲਾਂ ਵੀ ਇੱਥੇ ਬੈਠਦੇ ਹਾਂ, ਇਕੱਠੇ ਬੈਠਦੇ ਹਾਂ, ਆਪਣੀਆਂ ਗੱਲਾਂ ਹੁੰਦੀਆਂ, ਆਖਰ ਦੇ ਵਿੱਚ ਅਪੀਲ ਕੀ ਕਰੋਗੇ ਨੌਜਵਾਨੀ ਨੂੰ, ਕਿਸਾਨੀ ਨੂੰ, ਅਤੇ ਜਾਂ ਜਿਹੜੇ ਇੱਥੇ ਸੰਘਰਸ਼ ਦੇ ਵਿੱਚ ਆ ਰਹੇ ਨੇ 26 ਤਰੀਕ ਨੂੰ ਆਉਣਗੇ, ਅਤੇ ਜਿਹੜੇ ਪਹਿਲਾਂ ਵੀ ਆ ਚੁੱਕੇ ਨੇ, ਕੀ ਅਪੀਲ ਕਰੋਗੇ ਉਹਨਾਂ ਨੂੰ? ਦੇਖੋ ਮੈਂ ਆਪਣੀ ਗੱਲ ਜਿਹੜੀ ਮੇਰਾ ਜ਼ੋਰ ਹੈ ਨਾ ਗੱਲ 'ਤੇ, ਉਹ ਇੱਕੋ 'ਤੇ ਹੈ, ਪਰ ਉਹਨੂੰ ਵੱਡੀ ਨਹੀਂ ਮੰਨ ਸਕਦਾ ਮੈਂ, ਪਰ ਮੈਂ ਉਹਨੂੰ ਜ਼ਰੂਰੀ ਮੰਨਦਾ। ਉਹ ਇਹ ਕਿ ਹੁਣ ਜੰਗ ਪ੍ਰਚਾਰ ਦੀ ਜੰਗ ਹੈ, ਠੀਕ ਹੈ, ਜਿੰਨਾ ਚਿਰ ਅਸੀਂ ਪ੍ਰਚਾਰ ਦੇ ਤਰੀਕੇ ਨਾਲ ਸਰਕਾਰ ਨੂੰ ਨਹੀਂ ਦਬਾਉਂਦੇ ਨਾ, ਉਹਨਾਂ ਚਿਰ ਇਹ ਸਾਡੀ ਪੂਰੀ ਨਹੀਂ ਹੋਣੀ ਹੈ, ਅਤੇ ਪ੍ਰਚਾਰ ਦੀ ਜੰਗ ਇੰਨੀ ਵੱਡੀ ਹੈ, ਇਸ ਮੋਰਚੇ ਤੋਂ ਬਾਅਦ ਵੀ ਚੱਲਦੀ ਰਹਿਣੀ ਹੈ, ਠੀਕ, ਇਹ ਲੋਕਾਂ ਨੂੰ ਸਦਾ ਹੀ ਲੜਨੀ ਪੈਂਦੀ ਹੈ। ਮੇਰਾ ਬਸ ਇਹੀ ਸੁਣਿਆ ਕਿ ਪੰਜਾਬੀ 'ਚ ਅਸੀਂ ਲੜ ਲਈ ਹੈ, ਪੰਜਾਬੀ 'ਚ ਅਸੀਂ ਸਰਕਾਰ ਦੇ ਕਿਤੇ ਪੈਰ ਲੱਗਣ ਦਿੱਤੇ, ਪਰ ਹੁਣ ਦੋ ਬੋਲੀਆਂ ਹੋਰ ਨੇ ਹਜੇ ਜਿਹਨਾਂ ਦੋਨਾਂ ਬੋਲੀਆਂ 'ਚ ਕਾਨੂੰਨ ਆਇਆ, ਅੰਗਰੇਜ਼ੀ 'ਚ ਅਤੇ ਹਿੰਦੀ 'ਚ, ਉਹਨਾਂ ਦੋਨਾਂ 'ਚ ਵੀ ਅਸੀਂ ਜੇ ਆਪਣਾ ਹਾਜ਼ਰੀ ਲਵਾਈਏ, ਸਰਕਾਰ ਦੇ ਜਿਹੜੇ ਝੂਠ ਨੇ ਅੰਕੜਿਆਂ ਦੇ, ਪੁੱਠੇ ਸਿੱਧੇ ਦੇ, ਦਲੀਲਾਂ ਦੇ, ਬਹੁਤ ਨਿੱਕੇ ਨਿੱਕੇ ਜਿਹੇ ਉਹਨਾਂ ਨੇ ਬੋਲੇ ਹੋਏ ਨੇ ਜਿਹੜੇ ਬੱਚਿਆਂ ਵਰਗੇ, ਅਸੀਂ ਉਹਨਾਂ ਨੂੰ ਨੰਗਾ ਕਰੀਏ ਲੋਕਾਂ ਸਾਹਮਣੇ, ਕਿਉਂਕਿ ਅਸੀਂ ਜਿਹੜਾ ਸੰਘਰਸ਼ ਲੜ ਰਹੇ ਹਾਂ ਉਹ ਸਾਡੇ ਕਿਰਦਾਰ ਦਾ, ਸਾਡੀਆਂ ਭਾਵਨਾਵਾਂ ਦਾ ਤਾਂ ਲੋਕਾਂ ਨੂੰ ਅੰਦਾਜ਼ਾ ਹੈ, ਪਰ ਸਰਕਾਰ ਦਾ ਝੂਠ ਹੋਰ ਨੰਗਾ ਕਰਨ ਦੀ ਲੋੜ ਹੈ। ਸਾਨੂੰ ਪਤਾ ਲੱਗ ਗਿਆ, ਸਾਡੇ ਆਗੂਆਂ ਨੂੰ ਪਤਾ ਹੈ, ਪਰ ਬਾਹਰਲੀ ਦੁਨੀਆਂ 'ਚ ਹਜੇ ਫਰਕ ਹੈ। ਸਾਰੇ ਲੋਕ ਝੂਠੇ ਨਹੀਂ ਹਨ ਜਿਹੜੇ ਲੱਗੀਆਂ ਨੇ, ਸਰਕਾਰ ਸਹੀ ਕਹਿ ਰਹੀ ਹੈ, ਸੱਚੀ ਲੋਕਾਂ ਨੂੰ ਲੱਗ ਰਿਹਾ ਇਹ ਵੀ ਸਰਕਾਰ ਇੱਦਾਂ ਦੀ ਗੱਲ ਕਰ ਰਹੀ ਨਾ ਵੀ ਬਦਲਾਅ ਲਿਆ ਰਹੇ ਹਾਂ ਅਸੀਂ। ਅਗਲੇ ਲੱਗਦਾ ਬਦਲਾਅ ਤਾਂ ਆਉਣੇ ਚਾਹੀਦਾ ਹੈ ਨਾ, ਉਹਨਾਂ ਨੂੰ ਨਹੀਂ ਪਤਾ ਕਿ ਸਰਕਾਰ ਦੇ ਬਦਲਾਅ ਦਾ ਮਤਲਬ ਤਬਾਹੀ ਹੈ, ਅਤੇ ਅਸੀਂ ਉਹ ਤਬਾਹੀ ਦੇ ਅਰਥ ਦੱਸਣੇ ਨੇ। ਮੇਰਾ ਬਸ ਇਹੀ ਸੁਨੇਹਾ। ਜੇਕਰ ਦੇਖਿਆ ਜਾਵੇ ਤਾਂ ਚਲੋ ਇੱਕ ਦੋ ਸਵਾਲ ਹੋਰ ਨੇ। ਤੁਸੀਂ ਕਿਹਾ ਵੀ ਬਦਲਾਅ ਲਿਆਉਣਾ ਚਾਹੀਦਾ, ਬਦਲਾਅ ਦੇ ਵਿੱਚੋਂ ਹੀ ਇਤਿਹਾਸ ਬਣਦੇ ਨੇ, ਬਦਲਾਅ ਦੇ ਵਿੱਚੋਂ ਹੀ ਜਿਹੜੇ ਨਵੇਂ ਮੁੱਦੇ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ। ਪਰ ਜੇਕਰ ਦੇਖਿਆ ਜਾਵੇ ਤਾਂ ਹੁਣ ਕਿਤੇ ਨਾ ਕਿਤੇ ਜਾ ਕੇ ਜਿੱਥੇ ਸਾਨੂੰ ਸੇਧ ਮਿਲਣੀ ਸੀ ਉਹ ਤਾਂ ਕਿਤੇ ਹੋਰ ਹੀ ਹੱਥਾਂ ਦੇ ਵਿੱਚ ਚਲੀਆਂ ਗਈਆਂ, ਉਹ ਸੰਸਥਾਵਾਂ ਤਾਂ ਜਿੱਥੋਂ ਸਾਨੂੰ ਸੇਧਾਂ ਮਿਲਣੀਆਂ ਸੀਗੀਆਂ। ਨਹੀਂ, ਜਦੋਂ ਆਪਾਂ ਕਹਿੰਦੇ ਖਾਸ ਸਮਾਂ ਆਉਂਦਾ ਨਾ, ਖਾਸ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਪਹਿਲਾਂ ਵਾਲਾ ਕੋਈ ਅਗਵਾਈ ਹੈ, ਪਹਿਲਾਂ ਵਾਲਾ ਕੋਈ ਸੰਸਥਾਵਾਂ ਨੇ, ਉਹਨਾਂ 'ਚ ਬਦਲਾਅ ਹੋਣਾ ਹੁੰਦਾ। ਕਈ ਵਾਰੀ ਉਹ ਟੁੱਟ ਵੀ ਜਾਂਦੀਆਂ ਨੇ। ਅਸਲ ਬਦਲਾਅ ਇਹਦੇ ਹੁੰਦਾ ਜੇ ਸੰਸਥਾਵਾਂ ਦੇ ਪ੍ਰਬੰਧ 'ਚ ਬਦਲਾਅ ਹੁੰਦਾ, ਫਿਰ ਹੀ ਅਸਲ ਬਦਲਾਅ ਹੁੰਦਾ। ਪਰ ਆਪਾਂ ਗੱਲ ਕੀਤੀ ਸਰਕਾਰ ਬਦਲਾਅ ਦੇ ਨਾਲ ਤਬਾਹੀ ਕਰ ਰਹੀ ਹੈ, ਠੀਕ ਹੈ, ਅਸੀਂ ਤਾਂ ਹੋਰ ਕਰ ਰਹੇ ਹਾਂ ਬਦਲਾਅ ਨਾ ਆਪਣਾ, ਵੀ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਅਸੀਂ ਉਹਨੂੰ ਤੋੜਨਾ ਚਾਹੁੰਦੇ ਹਾਂ ਅਸੀਂ ਤਾਂ ਉਹਨੂੰ ਪੂਰੇ ਨੂੰ। ਇਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਸਾਨੂੰ ਪੰਜਾਬੀ ਮਾਂ ਬੋਲੀ ਦੀ ਵੀ ਕਿਤੇ ਨਾ ਕਿਤੇ ਜਾ ਕੇ ਗੱਲ ਕਰਨੀ ਪਊਗੀ। ਜੇਕਰ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਸਾਨੂੰ ਜਾ ਕੇ ਪੰਜਾਬੀ ਮਾਂ ਬੋਲੀ ਦੀ ਵੀ ਗੱਲ ਕਰਨੀ ਪਊਗੀ, ਪਰ ਉਹ ਕਿੱਦਾਂ ਹੋਣੀਆਂ, ਉਹ ਚੀਜ਼ਾਂ ਕਿਸ ਲਹਿਜੇ ਨਾਲ ਹੋਣੀਆਂ, ਕਿਸ ਹਿਸਾਬ ਨਾਲ ਹੋਣਗੀਆਂ? ਦੇ ਕਿਸੇ ਵੀ ਬੋਲੀ ਦੀ ਜਿਹੜੀ ਅਸਲ ਹਾਲਤ ਹੈ ਨਾ, ਉਹਨੂੰ ਜਾਣਨ ਦੇ ਲੋਕਾਂ ਨੇ ਤਰੀਕੇ ਮੰਨੇ ਹੋਏ ਨੇ ਵੀ ਘਰਾਂ 'ਚ ਬੋਲੀ ਜਾਂਦੀ ਹੈ, ਬਾਜ਼ਾਰ 'ਚ ਬੋਲੀ ਜਾਂਦੀ ਹੈ, ਸਿੱਖਿਆ 'ਚ ਬੋਲੀ ਜਾਂਦੀ ਹੈ, ਇਹ ਨੇ ਆਮ ਪੱਧਰ ਉਹਦੇ। ਚੌਥਾ ਹੁੰਦਾ ਗਿਆਨ ਦਾ ਪੱਧਰ। ਜੇ ਅਸੀਂ ਆਪਦੀ ਬੋਲੀ 'ਚ ਉਹ ਗਿਆਨ ਸਿਰਜਦੇ ਹਾਂ ਜਿਹੜਾ ਦੁਨੀਆ ਦੇ ਕੰਮ ਦਾ ਹੈ, ਤਾਂ ਅਸੀਂ ਆਪਦੀ ਬੋਲੀ ਦਾ ਵਿਕਾਸ ਕਰ ਰਹੇ ਹਾਂ, ਤਾਂ ਅਸੀਂ ਆਪਦੀ ਬੋਲੀ ਨੂੰ ਸਾਂਭ ਰਹੇ ਹਾਂ, ਉਹਦਾ ਮਾਣ ਹੰਢਾ ਰਹੇ ਹਾਂ। ਉਹਦੇ ਤੋਂ ਬਾਕੀ ਬਿਨਾਂ ਜਿਹੜੇ ਬਾਕੀ ਪੱਧਰ ਨੇ ਉਹ ਐਵੇਂ ਕੰਮ ਚਲਾਉਣ ਵਾਲੇ ਨੇ, ਉਹ ਫਿਰ ਕੰਮ ਚੱਲਦਾ ਰਹਿੰਦਾ। ਪਰ ਜਿਹੜਾ ਵੱਡਾ ਬਦਲਾਅ ਉਹ ਤਦੇ ਹੁੰਦਾ ਜਦੋਂ ਮਨੁੱਖ ਦੀ ਜਿਹੜੀ ਬੋਲੀ ਹੈ ਉਹਦੇ 'ਚ ਗਿਆਨ ਪੈਦਾ ਹੁੰਦਾ, ਅਤੇ ਉਹ ਗਿਆਨ ਦੀ ਦੁਨੀਆ ਨੂੰ ਲੋੜ ਹੁੰਦੀ ਹੈ, ਫਿਰ ਉਹ ਬੋਲੀ ਦੀ ਅਸਲ ਮਹੱਤਤਾ ਕਾਇਮ ਰਹਿੰਦੀ ਹੈ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਡਾਕਟਰ ਸੇਵਕ ਸਿੰਘ ਜੀ, ਜਿਨ੍ਹਾਂ ਦਾ ਕਹਿਣਾ ਗਾ ਕਿ ਜੇਕਰ ਕਿਸੇ ਵੀ ਚੀਜ਼ ਦੇ ਵਿੱਚ ਬਦਲਾਅ ਲਿਆਉਣਾ ਹੋਵੇ ਤਾਂ ਉੱਥੋਂ ਸਾਨੂੰ ਗਿਆਨ ਇਕੱਠਾ ਕਰਨਾ ਚਾਹੀਦਾ ਅਤੇ ਗਿਆਨ ਦਾ ਪ੍ਰਚਾਰ ਕਰਨਾ ਚਾਹੀਦਾ। ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਕੈਮਰਾਮੈਨ ਗੁਰਪ੍ਰੀਤ ਦੇ ਨਾਲ, ਮੈਂ ਹਰਜਿੰਦਰ ਸਿੰਘ ਢਿੱਲੋਂ, ਸਿੰਘੂ ਬਾਰਡਰ, ਦਿੱਲੀ।